ਇਹਨੂੰ ਅਸੀਂ ਪੜ੍ਹਾ ਕੇ ਅਤੇ ਭੇਜਿਆ ਸੀ ਕਨੇਡਾ। ਇਹ ਕਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ। ਇਹਨਾਂ ਮੈਂ ਤਾਂ ਨੈਤਿਕ ਲੜਾਈ ਰੱਖਣੀ, ਮੈਂ ਤੁਹਾਡਾ ਭੜੇਪਾ ਰੋਲਣ ਵਾਸਤੇ, ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ। ਮੈਂ ਹੁਣ ਸਾਡੇ ਸੱਟਾਂ ਮਾਰਨ ਆ ਗਿਆ, 5-6 ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ। ਮੈਂ 2023 ਦੇ ਵਿੱਚ ਘੱਟ ਤੋਂ ਘੱਟ DIG ਦੇ SSP ਦੇ 20 ਦਰਖਾਸਤਾਂ ਦਿੱਤੀਆਂ, ਜਿਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਉਲਟਾ ਸੁਖਦੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ। ਪਹਿਲਾਂ ਤਾਂ ਨਹੀਂ ਬਾਣਾ ਪਾਇਆ ਸੀ, ਹੁਣ ਹੀ ਪਾਇਆ ਬਾਣਾ। ਬਾਣੇ ਦੇ ਤਾਂ ਇਹ ਦੌਦਾਸ਼ਾ ਕਰ ਰਿਹਾ, ਬਾਣਾ ਪਾ ਕੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਮਾਂ ਪਿਓ ਨੂੰ ਕੁੱਟੋ ਮਾਰੋ, ਨਾਲੇ ਕਾਹਦੇ ਵਾਸਤੇ ਕੁੱਟਦਾ ਮਾਰਦਾ, ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ। ਜਾਇਦਾਦ ਪਿੱਛੇ ਆਪਣੇ ਮਾਪਿਆਂ ਦੇ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਖਿਰਕਾਰ ਫਿਰੋਜ਼ਪੁਰ ਪੁਲਿਸ ਵੱਲੋਂ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਪਿਆਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦਾ ਪੁੱਤ ਜਾਇਦਾਦ ਪਿੱਛੇ ਉਹਨਾਂ ਦੀ ਕੁੱਟਮਾਰ ਕਰਦਾ ਹੈ। ਨਿਹੰਗ ਸਿੰਘ ਦੀ ਮਾਂ ਨੇ ਇੱਥੋਂ ਤੱਕ ਆਖਿਆ ਕਿ ਅੰਮ੍ਰਿਤਪਾਲ ਮਹਿਰੋ ਦੇ ਸੰਪਰਕ 'ਚ ਆਉਣ ਤੋਂ ਬਾਅਦ ਹੀ ਉਹਨਾਂ ਦੇ ਪੁੱਤ ਵੱਲੋਂ ਉਹਨਾਂ ਦੇ ਨਾਲ ਅਜਿਹੀ ਕੁੱਟਮਾਰ ਸ਼ੁਰੂ ਕੀਤੀ ਗਈ। ਫਿਲਹਾਲ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਇਸ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਉਸਦੇ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ, ਵਾਪਸ ਆ ਕੇ ਇੰਨਾ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ। ਅਸੀਂ ਆਸਟ੍ਰੇਲੀਆ ਚੜ ਗਏ, ਅਸੀਂ ਸਾਲ ਭਰ ਇੱਕ ਆਸਟ੍ਰੇਲੀਆ ਲਾਏ। ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅੰਮ੍ਰਿਤਪਾਲ ਮਹਿਰੋ ਦੇ ਨਾਲੇ ਦੇ ਸੰਬੰਧ ਬਣ ਗਏ ਅਤੇ ਇਹ ਆ ਕੇ ਜਦੋਂ ਇਹ ਘਰ ਆਏ ਅਸੀਂ ਇਹ ਕਦੇ ਆ ਕੇ ਧਰਨੇ 'ਤੇ ਚੜਾ ਜਾਇਆ ਕਰੇ, ਕਦੇ ਘਰ ਆ ਜਾਇਆ ਕਰੇ। ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ। ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡ ਲਾ, ਜਿਹੜਾ ਖੋ ਬਹਿ ਕੇ ਵੰਡਣਾ, ਇੱਦਾਂ ਨੈਤ ਲੜਾਈ ਚੰਗੀ ਨਾ ਸੀ। ਇਹਨਾਂ ਮੈਂ ਤਾਂ ਨੈਤਿਕ ਲੜਾਈ ਰੱਖਣੀ, ਮੈਂ ਤੁਹਾਡਾ ਭੜੇਪਾ ਰੋਲਣ ਵਾਸਤੇ, ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ, ਮੈਂ ਨਹੀਂ ਡੱਕਾ ਕਰਨਾ, ਠੀਕ ਹੈ। ਮੈਂ ਵਾਪਸ, ਫਿਰ ਕਹਿੰਦਾ ਮੈਂ ਵਾਪਸ ਕਨੇਡਾ ਜਾਣਾ। ਮੈਂ ਫਿਰ 2.5 ਲੱਖ ਲਾ ਕੇ ਵਾਪਸ ਕਨੇਡਾ ਦੀ ਫਾਈਲ ਲਾਈ। ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ, ਮੈਂ ਤਾਂ ਬਾਣਾ ਪਾਲਿਆ, ਮੈਂ ਤਾਂ ਨਿਹੰਗ ਬਣ ਜਾਣਾ, ਮੈਂ ਤਾਂ ਇੱਥੇ ਨਿਹੰਗ ਵਸਾਉਣੇ, ਮੈਂ ਤੁਹਾਨੂੰ ਵਸਣ ਨਹੀਂ ਦੇਣਾ। ਇਹ ਡੇਲੀ ਦਾ ਇਹਦਾ ਕੰਮ ਚੱਲਦਾ ਸੀਗਾ, ਠੀਕ ਹੈ। ਇਸ ਤਰ੍ਹਾਂ ਲੜ ਕੇ ਘਰੋਂ ਚਲਾ ਜਾਂਦਾ ਸੀ, ਫਿਰ ਆ ਜਾਂਦਾ ਸੀ, ਫਿਰ ਲੜ ਕੇ ਚਲਾ ਜਾਂਦਾ ਸੀ। ਡੇਲੀ ਦਾ ਕੰਮ ਸੀਗਾ। ਫਿਰ ਇਹ ਅੰਮ੍ਰਿਤਪਾਲ ਨੂੰ ਲੈ ਕੇ ਆਇਆ, ਕਹਿੰਦਾ ਕਿ ਮੈਨੂੰ ਬੇਦਖਲ ਕਰ ਦਿਉ, ਮੈਂ ਤਾਂ ਇਹਨਾਂ ਨਿਹੰਗਾਂ ਸਾ ਕਰਾਰਨਾ ਵਾਂ। ਅਸੀਂ ਨਹੀਂ ਕੀਤਾ ਬੇਦਖਲ, 2-4 ਮਹੀਨੇ ਦਾ ਚੱਲਦਾ। ਫਿਰ 2-3 ਵਾਰੀ ਅੰਮ੍ਰਿਤਪਾਲ ਨੂੰ ਲੈ ਕੇ ਮੇਰੇ ਆੜ੍ਹਤੀਏ ਕੋਲੇ ਗਿਆ, ਸਰਪੰਚ ਕੋਲੇ ਗਿਆ, ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ। ਫਿਰ ਅਸੀਂ ਬੇਦਖਲ ਕਰਤਾ। ਜਦੋਂ ਅਸੀਂ ਬੇਦਖਲ ਕਰਤਾ ਫਿਰ ਇਹ ਘਰੋਂ ਚਲਾ ਗਿਆ। ਫਿਰ ਉਹਨੇ ਆਪਦੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ। ਉਹਦੇ ਦੇ ਸਿਰ ਦੇ ਵਿੱਚ 123 ਟਾਂਕੇ ਲੱਗੇ, ਉਹ ਅਸੀਂ ਮਸਾਂ ਬਚਾਇਆ, ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ, ਕਰਦਾ ਕੋਈ ਗੱਲ ਨਹੀਂ, ਠੀਕ ਹੈ। ਪਰ ਇਹ ਨਹੀਂ ਸੁਧਰਿਆ। ਉਸ ਤੋਂ ਬਾਅਦ ਹੁਣ ਸਾਡੇ ਸੱਟਾਂ ਮਾਰਨ ਆ ਗਿਆ, 5-6 ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ। ਮੈਂ 2023 ਦੇ ਵਿੱਚ ਘੱਟ ਤੋਂ ਘੱਟ DIG ਦੇ SSP ਦੇ 20 ਦਰਖਾਸਤਾਂ ਦਿੱਤੀਆਂ, ਜਿਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਉਲਟਾ ਸਗੋਂ ਮੇਰਾ DSP ਜੀ ਦਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ, ਠੀਕ ਹੈ। ਜੋ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਠੀਕ ਹੈ। ਪ੍ਰਸ਼ਾਸਨ ਕੁਛ ਨਹੀਂ ਕਰ ਰਹੀ, ਹੁਣ ਵੀ ਤਾਂ ਹਫ਼ਤਾ ਹੋ ਗਿਆ, ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ। ਕਿਸ ਤਰ੍ਹਾਂ ਦੇ ਸੰਬੰਧ ਨੇ ਉਹਨਾਂ ਨਾਲ? ਕੋਈ ਹੋਰ ਵੀ ਹੈਗਾ ਅੰਮ੍ਰਿਤਪਾਲ ਨਾਲ? ਅੰਮ੍ਰਿਤਪਾਲ ਨਾਲ ਵੀ ਸੰਬੰਧ ਹੈ ਇਹਦੇ? ਕੀ ਹੈ? ਉਹਨਾਂ ਨਾਲ ਵੀ ਜਾਂਦਾ ਹੁੰਦਾ ਸੀ ਮੈਨੂੰ। ਬਾਣਾ ਤੇ ਨੇ ਹਜੇ 2 ਸਾਲ ਹੀ 1.5 ਸਾਲ ਹੀ ਹੋਇਆ ਪਾਏ ਨੂੰ, ਪਹਿਲਾਂ ਤਾਂ ਨਹੀਂ ਬਾਣਾ ਪਾਇਆ ਸੀ, ਹੁਣ ਹੀ ਪਾਇਆ ਬਾਣਾ। ਬਾਣੇ ਦੇ ਤਾਂ ਇਹ ਦੌਦਾਸ਼ਾ ਕਰ ਰਿਹਾ, ਬਾਣਾ ਪਾ ਕੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਮਾਂ ਪਿਓ ਨੂੰ ਕੁੱਟੋ ਮਾਰੋ, ਨਾਲੇ ਕਾਹਦੇ ਵਾਸਤੇ ਕੁੱਟਦਾ ਮਾਰਦਾ, ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ, ਜਾਂ ਕੋਈ ਕੰਮ ਕਰਦਾ ਸੀ ਘਰੇ ਨਾ? ਕੁਵਾਰਾ ਵੱਡਾ, ਦੂਸਰਾ ਆਸਟ੍ਰੇਲੀਆ, ਨਿੱਕਾ ਵਿਆਹ ਉਹ ਆਸਟ੍ਰੇਲੀਆ। ਹਾਂਜੀ, ਨਹੀਂ ਹੋਇਆ। ਬਸ ਹਰਕਤਾਂ ਦੇ, ਬਸ ਕੁੱਟੋ ਮਾਰੋ ਲੁੱਟੋ ਖਾਓ ਲੋਟਾਂ ਖੁਆ।
ਕਰਦਾ ਹੀ ਹੋਊਗਾ ਜੋ ਸਾਡੇ ਨੂੰ ਲੁੱਟ ਕੇ ਲਗਿਆ ਦਿਨੇ ਜਿਹੜੇ ਨਾਲ ਆਏ ਉਹਨੂੰ ਕੀ ਉਹਦਾ ਕਿੰਨੀਆਂ ਕੁ ਲੁੱਟਾਂ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦਾ ਲੋਕਾਂ ਨੂੰ ਕੁੱਟਣ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੀ ਨੇ ਕੀ ਕਹਿਣਾ ਸਿੱਖੀ ਇਹ ਕੁਛ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ 'ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾਂ ਕਰੋ ਕੋਈ ਇੱਕ ਕੱਖ ਛੱਡਦਾ ਨੀਗਾ ਸਾਨੂੰ ਨੀ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐਂ ਭੱਜਿਆ ਫਿਰਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਹਾਂਜੀ ਘਰ 'ਚ ਹਮਲਾ ਕੀਤਾ ਸਾਡੇ ਦੋਨਾਂ ਜੀਆਂ ਨੇ ਕੀਤਾ ਪਿਓ ਤੇ ਵੀ ਬੇਸਬਾਲਾ ਨਾਲ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹ ਤਾਂ ਚਲਾਉਣ ਦਾ ਹੁਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰ ਨੂੰ ਭੱਜ ਗਏ ਤਾਂ ਨਹੀਂ ਤਾਂ ਕਿਰਪਾਨਾਂ ਕੱਢੀਆਂ ਫਿਰ ਉਹਨੇ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਆ ਕੇ ਨਿਹੰਗ ਨੇ ਗੇਟ ਖਲਾਇਆ ਕਹਿੰਦਾ ਕਿ ਮੈਂ ਤੇਰੇ ਗੁੱਟ ਵੜ ਦੂੰ ਬੂਹਾ ਖੋਲ ਦੇ ਤੇ ਖੂਨ ਦਾ ਪਿਆਸਾ ਹੀ ਆ ਤਾਂ ਜਦੋਂ ਦਾ ਜੰਮਿਆ ਆਉਂਦਾ ਹੀ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਪੁਲਿਸ ਕਰੇ ਹਾਂਜੀ ਮੰਨ ਲਓ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪਏ ਨੇ ਘਰੇ ਬੰਦੇ ਪਾ ਕੇ ਪਏ ਨੇ ਸਾਨੂੰ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਮ ਖੁੱਲਾ ਫਿਰਦਾ ਉਹਨੂੰ ਕਿਹੜਾ ਪੁਲਿਸ ਫੜ ਰਹੀ ਹੈ ਹਾਂਜੀ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਂ ਪਿਓ ਨਾਲ ਕੀ ਮਾਮਲਾ ਸਰ ਇਹ ਮਾਮਲਾ ਇਹ ਜੀ ਪਿੰਡ ਗਾਗੋਣ ਹੈ ਜੀ ਉੱਥੋਂ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਆ ਉਹਨਾਂ ਲੜਕਾ ਸੀਗਾ ਲਵਪ੍ਰੀਤ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ 'ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜ ਬੰਦੇ ਹੋਰ ਸੀ ਇਹਦੇ ਜੀ ਆ ਕੇ ਅਤੇ ਘਰ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਕੇ ਚਲਾ ਗਿਆ ਜੀ ਸਰ ਕਿੰਨੇ ਬੰਦੇ ਦੇ ਕਾਰਵਾਈ ਕੀਤੀ ਇਹ ਸਰ ਇੱਕ ਤਾਂ ਲੜਕਾ ਲਵਪ੍ਰੀਤ ਅਤੇ ਬਾਕੀ ਦੇ ਅਨਫੇਅਰ ਬੰਦੇ ਚਾਰ ਹੋਰ ਜੀ ਅੰਦਰ ਬੜੇ ਅਤੇ ਮੁਕੱਦਮਾ ਹਾਂਜੀ ਮੁਕੱਦਮਾ ਦਰਜ ਕਰਤਾ ਜੀ 32 ਨੰਬਰ FIR ਜੀ 452 ਇੱਚ 148 53 323 ਜੀ ਅਗਲੀ ਕਾਰਵਾਈ ਤਫਤੀਸ਼ ਜਾਰੀ ਹੈ ਜੀ ਮੇਜਰ ਸਿੰਘ ਠੰਡ